नैशनल कॉलेज ऑफ आर्ट्स के सौ तू तलबा चार साल ग्रेजुएशन कोर्सिज मुकम्मल कर थे हिया वाले नाल इना फाइनल थीसिस दी नुमाइश की थी। हमारी आ, सारी फोर्थ ईयर की डिग्री शो है जिसमें सबके थीसिस डिस्प्ले शो है और इसमें सब ने अपना काम डिस्प्ले किया हो नुमाश मुखूज और मौजूद को आर्ट के धारे पेशता गया नुमाइश आर्ट के जरिए कई पैगाम भी दिते गए जिमें सिगरट नोशी तबाह कर लेंदी है मौजूदा हालात गोश नब्जियाँ बेहतर हैं ਇਹ ਇੱਕ ਐਸਾ ਬ੍ਰਾਂਡ ਹੈ ਜਿਸ ਵਿੱਚ ਪਰਫੈਕਟ ਵੈਜੀਟਬਲਸ ਹਨ ਤਾਂ ਮੈਂ ਇਹ ਮੈਸੇਜ ਦੇ ਰਹੀ ਹਾਂ ਕਿ ਲੋਕ ਸਬਜ਼ੀ ਖਾਣੇ ਦੇ ਬਾਰੇ ਵਿੱਚ ਤਾਂ ਬੜੇ ਕੌਨਸ਼ੀਅਸ ਹੈ ਲੇਕਿਨ ਉਹ ਸਬਜ਼ੀ ਖਰੀਦੇ ਜਿਸ ਵਿੱਚ ਪਰਫੈਕਟ ਨਿਊਟ੍ਰੀਐਂਟਸ ਹੈ ਸਾਫ਼ ਸੁਥਰੀ ਕਲੀਨ ਐਂਡ ਸੈਕੰਡਲੀ ਉਸ ਕੇ ਸਾਈਡ ਪੇ ਦੂਸਰਾ ਮੈਸੇਜ ਹੈ ਸਟਾਰਟ ਹੈਵਿੰਗ ਲੈਸ ਆਫ ਮੀਟ ਐਂਡ ਮੋਰ ਵੈਜੀਟਬਲਸ ਬਿਕਾਜ਼ ਥੀਜ਼ ਵੈਜੀਟਬਲਸ ਇਨਕੇ ਅੰਦਰ ਪਰਫੈਕਟ ਨਿਊਟ੍ਰੀਐਂਟਸ ਹੈ ਇਨੋ ਮੈਸਜ ਕੋ ਲੋਕਾਂ ਨੇ ਵੱਡੀ ਤਾਦਾਦ ਨੇ ਡਿਟਾ ਅਤੇ ਮختلف ਕੰਪਨੀਾਂ ਦੇ ਸਰਬਾਹਾਂ ਨੇ ਮੌਕੇ ਤੇ ਤਲਬਾ ਦੇ ਕੰਮ ਕੋ ਦੇ ਕੇ ਇਨਾਂ ਕੋ ਆਪਣ बहुत एजेंसी से लोग आ रहे हैं डिफरेंट एजेंसी से लोग आ रहे हैं और इनफैक्ट हर एक को हायर कर रहे हैं अपने वहीं पे ही इंटरव्यूज़ ले रहे हैं और वहीं पे उनके काज लेके जा रहे हैं कि दे विल जॉब के लिए वो कॉल करेंगे और इनफैक्ट बहुत ज़्यादा फीडबैक मिल रही है ਇਨੌਮੈਸ਼ ਚ ਖੇਡਾਂ ਵੀ ਰੱਖੀਆਂ ਗਈਆਂ ਜਿਹੜੀਆਂ ਲੋਕਾਂ ਨੂੰ ਖੂਬ ਮਹਿਸੂਸ ਕਰੰਦੀਆਂ ਰਹੀਆਂ ਇਨੌਮੈਸ਼ ਚ ਇੱਕ ਥੀਸਿਸ ਨਾਲ ਇਹ ਪੈਗਾਮ ਵੀ ਦਿੱਤਾ ਗਿਆ ਕਿ ਲੋਕ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਵਨ ਤਾਂ ਜੋ ਕੋਈ ਬਾਹਰ ਦੇ ਸਿਆਰੇ ਤੋਂ ਆ ਕੇ ਅਸ਼ਰਫুল ਮਖਲੂਕਾਤ ਨੂੰ تنਕੀਦ ਦਾ ਨਿਸ਼ਾਨਾ ਨਾ ਬਣਾ ਸਕੇ ਬੇਸਿਕਲੀ ਮੈਂ ਆਪਣੀ ਬੁੱਕ ਮੇਂ ਕਹਿਣਾ یہی ਚਾਹਤੀ ਹੂੰ ਕਿ ਮੈਨੇ ਇੱਕ ਤਨਜ਼ੀਆ ਅੰਦਾਜ਼ ਮੇਂ ਇੱਕ ਬੁੱਕ ਬਣਾਈ ਹੈ ਕਿ ਅਗਰ ਕੋਈ ਬਾਹਰ ਕੀ ਕਿਸੇ ਪਲੈਨਟ ਸੇ ਹਮਾਰੇ ਦੁਨੀਆ ਮੇ ਆਤਾ ਹੈ ਤੋ ਉਸਕੋ ਕਿਆ ਹਮ ਦਿਖਾਏਗੇ ਬੇਸਿਕਲੀ ਹਮੇ ਬਿਹਤਰ ਬੰਨਾ ਚਾਹੀਏ ਬਿਹਤਰ ਆਪਣੇ ਆਪ ਕੋ ਇੱਕ ਬਿਹਤਰ ਇਮੇਜ ਪੋਰਟ੍ਰੇ ਕਰਨਾ ਚਾਹੀਏ ਇਹ ਨੁਮائش ਹਰ ਸਾਲ ਤਲਬਾਦੀ ਰਵਾਨ ਗੀਤੇ ਥੀਸਿਸ ਦੇ ਤੌਰ ਤੇ ਪੇਸ਼ ਕੀਤੀ ਜਾਂਦੀ ਹੈ ਅਤੇ ਬਹੁਤ ਸਾਰੀਆਂ ਯਾਦਾਂ ਛੋੜ ਵੈਂਦੀ ਹੈ ਨੈਸ਼ਨਲ ਕਾਲਜ ਆਫ ਆਰਟਸ ਵੱਲੋਂ 100 ਤੋਂ ਵੱਧ ਸਟੂਡੈਂਟਸ ਨੇ ਆਪਣੇ ਆਪਣੇ ਥੀਸਿਸ ਜਮਾ ਕਰਵਾਏ ਇਹਨਾਂ ਥੀਸਿਸ ਤੋਂ ਬਾਅਦ ਉਹ ਆਪਣੀ ਅਮਲੀ ਜ਼ਿੰਦਗੀ 'ਚ ਕਦਮ ਰਖਸਨ ਕੈਮਰਾਮੈਨ ਸ਼ਾਹਦ ਮਲਿਕ ਦੇ ਨਾਲ ਮੁਹੰਮਦ ਜਾਵੀਦ ਗੁਫਾਰੀ ਰੋਹੀ ਟੀਵੀ ਲਾਹੌਰ